ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ। ਦੋਸਤੋ, ਜਦੋਂ ਅਸੀਂ ਕਦੇ ਵੀ ਨੈਸ਼ਨਲ ਹਾਈਵੇ ਤੇ ਜਾਂਦੇ ਹਾਂ ਤਾਂ ਟੋਲ ਪਲਾਜ਼ਾ ਆਮ ਤੌਰ ਤੇ ਰਸਤੇ ਦੇ ਵਿੱਚ ਆਉਂਦਾ ਹੈ, ਜਿੱਥੇ ਆਪਾਂ ਟੋਲ ਪਲਾਜ਼ਾ ਦੀ ਪਰਚੀ ਕਟਵਾਉਂਦੇ ਹਾਂ। ਅਤੇ ਤੁਸੀਂ ਟੋਲ ਪਲਾਜ਼ਾ ਦੀ ਪਰਚੀ ਦਾ ਕਿਵੇਂ ਸਹੀ ਇਸਤੇਮਾਲ ਕਰ ਸਕਦੇ ਹੋ, ਕੀ ਨੇ ਟੋਲ ਪਲਾਜ਼ਾ ਦੀ ਪਰਚੀ ਕਟਵਾਉਣ ਦੇ ਫਾਇਦੇ, ਤਾਂ ਦੋਸਤੋ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਣ ਤੋਂ ਪਹਿਲਾਂ, ਜਿਹੜੇ ਵੀ ਮੇਰੇ ਦੋਸਤ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੇ ਨੇ, ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਕੰਪੀਟੀਸ਼ਨ ਐਗਜ਼ਾਮ, ਰਿਜ਼ਲਟ, ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਜਿਹੜੇ ਵੀ ਮੇਰੇ ਦੋਸਤ ਕਦੇ ਵੀ ਟੋਲ ਪਲਾਜ਼ਾ ਤੋਂ ਲੰਘਦੇ ਨੇ ਅਤੇ ਟੋਲ ਪਲਾਜ਼ਾ ਦੀ ਪਰਚੀ ਕਟਵਾਉਂਦੇ ਹਨ, ਉਹਨਾਂ ਨੂੰ ਇਹਨਾਂ ਫਾਇਦਿਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਜਾਣਕਾਰੀ ਵੱਲ। ਤਾਂ ਦੋਸਤੋ, ਨੈਸ਼ਨਲ ਹਾਈਵੇ ਤੇ ਚੱਲਣ ਵਾਲੇ ਵਾਹਨ ਜੋ ਕਿ ਮਹੱਤਵਪੂਰਨ ਜਾਣਕਾਰੀ ਤੋਂ ਵਾਂਝੇ ਰਹਿੰਦੇ ਨੇ, ਤਾਂ ਤੁਹਾਨੂੰ ਦੱਸ ਦਈਏ ਕਿ ਟੋਲ ਦੀ ਰਸੀਦ ਦੀ ਕੀਮਤ ਨੂੰ ਸਾਨੂੰ ਸਮਝਣਾ ਪਵੇਗਾ ਤੇ ਉਸ ਦਾ ਉਪਯੋਗ ਕਿਵੇਂ ਕਰਨਾ ਹੈ, ਕੀ ਟੋਲ ਬੂਥ ਤੇ ਮਿਲੀ ਰਸੀਦ ਦੇ ਵਿੱਚ ਕੋਈ ਫਾਇਦੇ ਛੁਪੇ ਨੇ, ਤਾਂ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਟੋਲ ਰੋਡ ਤੇ ਯਾਤਰਾ ਕਰਦੇ ਸਮੇਂ ਤੁਹਾਡੀ ਕਾਰ ਅਚਾਨਕ ਰੁਕ ਜਾਂਦੀ ਹੈ, ਤਾਂ ਤੁਹਾਡੀ ਕਾਰ ਨੂੰ ਟੋਚਨ ਕਰਕੇ ਲਿਜਾਣ ਲਈ ਟੋਲ ਕੰਪਨੀ ਜ਼ਿੰਮੇਵਾਰ ਹੁੰਦੀ ਹੈ। ਇਸ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਤਾਂ ਤੁਹਾਨੂੰ ਦੱਸ ਦਈਏ, ਜੇ ਤੁਸੀਂ ਐਕਸਪ੍ਰੈਸ ਹਾਈਵੇ ਤੇ ਆਪਣੀ ਕਾਰ ਦਾ ਪੈਟਰੋਲ ਜਾਂ ਬੈਟਰੀ ਖਤਮ ਹੋ ਜਾਂਦੀ ਹੈ, ਤਾਂ ਤੁਹਾਨੂੰ ਕਾਰ ਨੂੰ ਬਦਲਣ ਲਈ ਪੈਟਰੋਲ ਅਤੇ ਬਾਹਰੀ ਚਾਰਜਿੰਗ ਪ੍ਰੋਵਾਈਡ ਕਰਨ ਵਾਸਤੇ ਟੋਲ ਕੰਪਨੀ ਜ਼ਿੰਮੇਵਾਰ ਹੁੰਦੀ ਹੈ। ਇਸ ਦੇ ਲਈ ਤੁਸੀਂ ਕੀ ਕਰਨਾ ਹੈ, 1033 ਨੰਬਰ ਤੇ ਕਾਲ ਕਰਨੀ ਹੈ, 10 ਮਿੰਟ ਦੇ ਵਿੱਚ ਤੁਹਾਨੂੰ ਮਦਦ ਮਿਲੇਗੀ, 5 ਤੋਂ 10 ਲੀਟਰ ਪੈਟਰੋਲ ਫ੍ਰੀ ਮਿਲੇਗਾ। ਅਗਰ ਕਾਰ ਪੰਚਰ ਹੋ ਜਾਂਦੀ ਹੈ ਤਾਂ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹੋ। ਤਾਂ ਦੋਸਤੋ, ਜੇ ਕਿਤੇ ਟੋਲ ਪਰਚੀ ਕਟਵਾਉਣ ਤੋਂ ਬਾਅਦ ਤੁਹਾਡੀ ਕਾਰ ਦੀ ਦੁਰਘਟਨਾ ਹੋ ਜਾਂਦੀ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਟੋਲ ਪਰਚੀ ਦੇ ਉੱਤੇ ਦਿੱਤੇ ਗਏ ਫੋਨ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਹੈ। ਇਹ ਟੋਲ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਹਾਨੂੰ ਹੈਲਪ ਪ੍ਰੋਵਾਈਡ ਕਰਨਗੇ। ਤੁਹਾਡੀ ਕਾਰ 'ਚ ਜੇ ਯਾਤਰਾ ਕਰਦੇ ਸਮੇਂ ਕਿਸੇ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਤੁਹਾਨੂੰ ਤੁਰੰਤ ਹਸਪਤਾਲ ਲਿਜਾਣ ਦੀ ਆਵਸ਼ਕਤਾ ਹੁੰਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਸਾਰੀਆਂ ਹੀ ਟੋਲ ਕੰਪਨੀਆਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਜੋ ਕਿ ਟੋਲ ਪਰਚੀ ਕੋਈ ਵੀ ਨਾਗਰਿਕ ਕਟਾਉਂਦਾ ਹੈ ਤਾਂ ਉਸਨੂੰ ਜੋ ਦੁਰਘਟਨਾਵਸ਼ ਜਾਂ ਫਿਰ ਤਬੀਅਤ ਖਰਾਬ ਹੋਣ 'ਤੇ ਐਂਬੂਲੈਂਸ ਪ੍ਰੋਵਾਈਡ ਕਰਨਾ ਟੋਲ ਕੰਪਨੀਆਂ ਦੀ ਜ਼ਿੰਮੇਵਾਰੀ ਹੈ। ਤਾਂ ਦੋਸਤੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਜਿਹੜੇ ਵੀ ਦੋਸਤ ਕਦੇ ਵੀ ਟੋਲ ਕਟਵਾਉਂਦੇ ਨੇ ਜਾਂ ਟੋਲ ਰੋਡ ਤੋਂ ਲੰਘਦੇ ਨੇ ਉਹਨਾਂ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ। ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ, ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ। ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ। ਥੈਂਕਸ ਵਾਂਸ ਅਗੇਨ ਟੂ ਆਲ ਮਾਈ ਪੀਅਰਸ।